बिस्मिल्लाह रहमान रहीम। अस्सलाम वालेकुम दोस्तों। दोस्तों उम्मीद है कि तुम सारे ठीक ठाक होगे। आज मैं तुहाडे वास्ते फिर एक सोलर प्लेट आ जिहड़ी छोटी फैमिली वास्ते या छोटे दुकानदार या गेमिंग जिन्हां करवाउंदे ने बिलियर्ड हो गए या दूसरी तीसरी इनडोर गेम्स दी दुकानां ने जिन्हां दियां, तो ओह बिजली बिजली दे महंगे बिलां कोलों परेशान ने, ते उहनां दोस्तां वास्ते मैं इहनां ने 150-150 वाट दियां दो प्लेटां जिहड़ियां ने ਉਹ ਲਗਾਈਆਂ ਹੋਈਆਂ ਨੇ। ਤੇ ਇਹ ਆਪਣਾ ਜਿਹੜਾ ਇਹਨਾਂ ਕੋਲ ਪੁੱਛਣਾ ਮੈਂ, ਤੇ ਇਹ ਬਿਹਤਰੀਨ ਸਰਕਟ ਇਹਨਾਂ ਚਲਾ ਲਿਆ ਆਪਣੇ ਦੁਕਾਨ ਦਾ, ਮਹਿੰਗੇ ਬਿਜਲੀ ਦੇ ਬਿੱਲਾਂ ਕੋਲ ਵੀ ਜਾਣ ਇਹਨਾਂ ਛੁਡਾ ਲਈਏ, ਜਿਸ ਤਰ੍ਹਾਂ ਇਹਨਾਂ ਇੰਸਟਾਲ ਕੀਤਾ ਤੇ ਕੀ ਚਲਾਉਂਦੇ ਨੇ, ਤੇ ਉਹ ਜਿਹੜੇ ਓਨਰ ਨੇ ਉਹਦੇ ਨਾਲ ਵੀ ਮੈਂ ਗੱਲ ਕਰੂੰ ਦੀ ਦੁਕਾਨ ਦੇ ਉੱਤੇ। ਤੇ ਉੱਤੇ ਤੁਹਾਨੂੰ ਦੇਖਿਆ 150-150 ਵਾਟ ਦੀਆਂ ਨੇ ਦੋ ਪਲੇਟਾਂ ਲਾਈਆਂ ਨੇ, ਤਾਂ ਥੱਲੇ ਸਿਸਟਮ ਦਾ ਰਿਵਿਊ ਕਰਵਾਉਂਦੇ ਹਾਂ ਤੇ ਇਹਨਾਂ ਦੇ ਫੰਕਸ਼ਨ ਵੀ ਦੇਖਦੇ ਹਾਂ। ਇਸ ਵੇਲੇ ਇਹ ਇੱਕ ਕੈਬਨ ਹੈ, ਬੋਰਡ ਹੈ, ਬੋਰਡ ਦੇ ਵਿੱਚ ਇਹਨਾਂ ਨੇ ਡੀਸੀ ਬਲਬ ਲਗਾ ਕੇ ਇੱਕ ਬੋਰਡ, ਤੇ ਨਾਲ ਨਾਲ ਮੈਂ ਦੁਕਾਨਦਾਰ ਨਾਲ ਵੀ ਗੱਲ ਕਰਵਾਉਣਾ ਕਿ ਜਨਾਬ ਦੁਕਾਨਦਾਰ ਹਜ਼ਰਾਤ ਕੀ ਫਰਮਾਉਂਦੇ ਨੇ ਇਸ ਬਾਰੇ 'ਚ। ਇਸ ਵੇਲੇ ਬੱਚੇ ਆਪਣੀ ਗੇਮਿੰਗ 'ਤੇ ਲੱਗੇ ਹੋਏ ਨੇ, ਉਹ ਜਿਹੜੇ ਇਨਡੋਰ ਗੇਮਾਂ ਦੇ ਉੱਤੇ, ਤੇ ਇੱਕ ਬੋਰਡ ਇਹ ਚੱਲਦਾ ਪਿਆ, ਇਹ ਤੁਸੀਂ ਦੇਖਦੇ ਪਿਓ। ਤੇ ਜਨਾਬ ਇਹ ਇਹਨਾਂ ਦਾ ਸਿਸਟਮ ਹੈ, ਇਹਨਾਂ ਨੇ ਕਿਸੇ ਟੈਕਨੀਸ਼ੀਅਨ ਨੂੰ ਕੋਈ ਪੈਸਾ ਨਹੀਂ ਦਿੱਤਾ। ਦੋਸਤੋ ਬੜਾ ਸ਼ਾਰਟ ਜਿਹਾ ਕੰਮ ਹੈ, ਕਿਸੇ ਟੈਕਨੀਸ਼ੀਅਨ ਨੂੰ ਦੇਣ ਦੀ ਜ਼ਰੂਰਤ ਨਹੀਂ, ਕੋਈ ਐਡਾ ਲੰਮਾ ਚੌੜਾ ਖਰਚਾ ਨਹੀਂ ਆਇਆ। ਤੁਸੀਂ ਵੱਡੀ ਨੇ ਵੱਡੇ ਦੇ ਪੈਸੇ ਨਹੀਂ ਖਰਚ ਕਰ ਸਕਦੇ, ਛੋਟੀ ਛੋਟੀਆਂ ਪਲੇਟਾਂ ਲਾ ਕੇ, ਤੇ ਇਹ ਜਿਹੜਾ ਕੰਟਰੋਲ ਚਾਰਜ ਕੰਟਰੋਲਰ ਹੈ ਇਹ ਲਗਾ ਕੇ, ਤੇ ਡਾਇਰੈਕਟ ਉਹਦੇ 'ਤੇ ਵੀ ਲਾਈਟ ਲੈ ਸਕਦੇ ਹੋ, ਨਾਲ ਇੱਕ ਬੈਟਰੀ ਬੈਕਅਪ ਵਾਸਤੇ। ਸਾਰਾ ਦਿਨ ਤੁਸੀਂ ਜਨਾਬ ਫਰੀ ਲਾਈਟ, ਫਰੀ ਪੱਖੇ। ਇਸ ਵੇਲੇ ਇਹਨਾਂ ਨੇ ਏਸੀ ਡੀਸੀ ਫੈਨ ਲਗਾਏ ਹੋਏ ਨੇ, ਲਾਈਟ ਵੀ ਇਹ ਸਾਰਾ ਦਿਨ ਫਰੀ ਚਲਾਉਂਦੇ ਨੇ, ਕਿਉਂਕਿ ਗੇਮਿੰਗ ਦਾ ਕੰਮ ਹੈ ਇਹਦੇ। ਇਹਨਾਂ ਨੂੰ ਜਿਹੜਾ ਸੀ ਕਮਰਸ਼ਲ ਬੇਸ ਦੇ ਉੱਤੇ ਯੂਨਿਟ ਪੈਂਦਾ ਸੀ। ਤੇ ਆਓ ਜਨਾਬ ਗੱਲ ਕਰਦੇ ਆ। ਜਨਾਬ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਅਸਲਾਮ ਵਾਲੇਕੁਮ ਅਦਰੀ ਸਾਹਿਬ, ਤੁਸੀਂ ਵੀ ਜ਼ਮਾਨੇ ਦੇ ਸਤਾਏ ਹੋਏ, ਬਿਜਲੀ ਦੇ ਸਤਾਏ ਹੋਏ, ਤੇ ਤੁਹਾਡੀ ਸੋਚ ਕਿਸ ਤਰ੍ਹਾਂ ਇਸ ਪਾਸੇ ਆਈ ਕਿ ਅਸੀਂ ਜਨਾਬ ਜਿਹੜਾ ਬਿਜਲੀ ਦੇ ਮਹਿੰਗੇ ਬਿੱਲਾਂ ਕੋਲ ਜਾਨ ਛੁਡਾਈਏ? ਇਹ ਬਸ ਬਿਜਲੀ ਦੇ ਜ਼ਿਆਦਾ ਬਿੱਲਾਂ ਦੀ ਵਜ੍ਹਾ ਤੋਂ, ਇੱਕ ਲੋਡ ਸ਼ੈਡਿੰਗ ਦੀ ਵਜ੍ਹਾ ਤੋਂ ਇਹੀ ਹੈ ਕਦਮ ਉਠਾਇਆ। ਤੇ ਬਿਹਤਰੀਨ ਨਿਜ਼ਾਮ ਹੈ ਮਾਸ਼ਾਅੱਲਾ, ਦੋ ਤਿੰਨ ਤੋਂ ਚਾਰ ਪੱਖੇ ਚੱਲ ਜਾਂਦੇ ਨੇ ਇਹਦੇ ਵਿੱਚ, ਤੇ LED ਲਾਈਟਾਂ ਨੇ ਜਿੰਨੀਆਂ ਮਰਜ਼ੀ ਤੁਸੀਂ ਘਰ ਦੇ ਵਿੱਚ ਅਗਰ 10 ਵੀ ਯੂਜ਼ ਕਰਦੇ ਹੋ ਤਾਂ ਤੁਹਾਡਾ ਬਿਹਤਰੀਨ ਨਿਜ਼ਾਮ ਜਿਹਨੇ ਚੱਲਦਾ। ਅੱਛਾ ਅਜੀਤ ਸਾਹਿਬ, ਇਹ ਦੋ ਪਲੇਟਾਂ ਜਿਹੜੀਆਂ ਨੇ ਟੋਟਲੀ ਇਹਨਾਂ ਦਾ ਕਿੰਨਾ ਖਰਚਾ ਹੈ ਬਗੈਰ ਬੈਟਰੀ ਤੋਂ? ਬੈਟਰੀ ਤੇ ਚੂੰਕਿ ਅਪ ਡਾਊਨ ਹੁੰਦਾ ਰਹਿੰਦਾ, ਤਕਰੀਬਨ 10-11 ਹਜ਼ਾਰ ਦੀ ਪਲੇਟ ਹੈ, ਤੇ ਬਾਕੀ ਬੈਟਰੀ ਹੈ ਤੁਸੀਂ ਜਿੰਨੀ ਮਰਜ਼ੀ ਤੁਸੀਂ ਸਸਤੀਆਂ ਵੀ ਹੈ ਨੇ, 30 ਹਜ਼ਾਰ ਦੀ, 25-30 ਹਜ਼ਾਰ ਦੀ ਬੈਟਰੀ ਹੈ, ਯਾਨੀ ਕਿ 50-60 ਹਜ਼ਾਰ ਤੁਹਾਡਾ ਕਾਰ ਬਿਹਤਰੀਨ ਚੱਲ ਜਾਂਦਾ। ਯਾਨੀ ਕਿ ਪਲੇਟਾਂ ਸਸਤੀਆਂ ਹੋਣ ਨਾਲ, ਤੇ ਦੂਸਰਾ ਹੈ ਕਿ ਇਹ ਤੁਸੀਂ ਡੀਸੀ ਜਿਹੜਾ ਪੱਖੇ ਨੇ ਉਹ ਪੂਰੀ ਰਾਤ ਤੁਸੀਂ ਚਲਾਓ ਤੇ ਕੋਈ ਪਰੇਸ਼ਾਨੀ ਨਹੀਂ? ਦੋ ਪੱਖਿਆਂ ਨੂੰ ਕੋਈ ਪਰੇਸ਼ਾਨੀ, ਦੋ ਪੱਖੇ ਸਾਰੀ ਰਾਤ ਈਜ਼ੀਲੀ ਤੁਸੀਂ ਸਾਰੀ ਰਾਤ ਚਲਾ ਸਕਦੇ ਦੋ ਪੱਖੇ। ਲਾਈਟਾਂ ਅਗਰ ਡੀਸੀ ਹੈ ਤੇ ਇਹਦੇ ਵਾਸਤੇ ਡੀਸੀ? ਹਾਂਜੀ, ਡੀਸੀ ਲਾਈਟਾਂ 2-4 ਚਲਾ ਲਓ ਜਿੰਨੀ ਕੁ ਜ਼ਰੂਰਤ ਹੈ ਰਾਤ ਨੂੰ ਬੈਕਅਪ ਵਾਸਤੇ, ਜੇ ਤੁਸੀਂ ਰੱਖਣੀ ਹੈ ਤਾਂ ਬਿਹਤਰੀਨ ਤੁਹਾਡਾ ਨਿਜ਼ਾਮ ਰਾਤ ਨੂੰ ਚੱਲੇਗਾ। ਦਿਨੇ ਤਾਂ ਜਿੰਨੀ ਮਰਜ਼ੀ ਚਲਾਓ ਨਾ, ਦਿਨੇ ਕੋਈ ਮੁਸ਼ਕਲ ਨਹੀਂ ਹੁੰਦੀ। ਤੇ ਤੁਹਾਡਾ ਕੀ ਖਿਆਲ ਹੈ ਕਿ ਜਿਹੜੇ ਛੋਟੇ ਘਰ ਵਾਲੇ ਨੇ, ਛੋਟੀਆਂ ਫੈਮਿਲੀ ਵਾਲੇ ਨੇ ਜਾਂ ਛੋਟੇ ਦੁਕਾਨਦਾਰ ਨੇ, ਕਿਉਂਕਿ ਦੁਕਾਨਦਾਰ ਜਿਹੜੇ ਆਮ ਤੌਰ ਪਰਚੂਨ ਕਰਿਆਨੇ ਵਾਲੇ, ਉਹ ਉਹਨਾਂ ਦਾ ਦਿਨ ਦਾ ਹੀ ਕੰਮ ਹੁੰਦਾ, ਉਹਨਾਂ ਵਾਸਤੇ ਤਾਂ ਇੱਕ ਬਹੁਤ ਹੀ ਆਈਡੀਅਲ ਚੀਜ਼ ਹੈ ਨਾ, ਕਿ ਸਾਰੀ ਦਿਹਾੜੀ ਤੋਂ ਸ਼ਾਮ ਤੱਕ ਦੁਕਾਨਦਾਰ ਬਿਲਕੁਲ ਬਿਜਲੀ ਆਫ ਹੈ ਤੇ ਤੁਹਾਡਾ ਬਿਹਤਰੀਨ ਤੁਹਾਡਾ ਸਾਰੀ ਦਿਹਾੜੀ ਨਿਜ਼ਾਮ ਚੱਲਦਾ। ਉਹਦੇ ਨਾਲ ਵਾਸਤੇ ਗੋਲਡਨ ਮੌਕਾ ਹੈ, ਨਾਲ ਇਸ ਟਾਈਮ ਪਲੇਟਾਂ ਵੀ ਸਸਤੀਆਂ ਨੇ, ਤੇ ਤੁਹਾਨੂੰ ਇਹ ਕੰਮ ਕਰਨਾ ਚਾਹੀਦਾ ਬਿਹਤਰੀਨ ਕੰਮ।
ਸਹੀ, ਤੁਸੀਂ ਕਿੰਨੇ ਕੁ ਮੁਤਮੈਨ ਹੋ? ਤੁਸੀਂ ਘਰ ਵੀ ਇਹ ਸਿਸਟਮ ਲਗਾਇਆ ਹੋਇਆ? ਹਾਂਜੀ ਬਿਲਕੁਲ, ਘਰ ਵੀ ਆਹੀ ਸਿਸਟਮ ਲਗਾਇਆ ਰਿਹਾ ਤਾਂ ਬਹੁਤ ਜ਼ਿਆਦਾ ਮੁਤਮੈਨ ਆ, ਬਿਹਤਰੀਨ, ਬਹੁਤ ਸਕੂਨ ਹੈ, ਲਾਈਟ ਦਾ ਵੀ ਕੋਈ ਨਹੀਂ, ਦਿਨੇ ਲੋਡ ਸ਼ੈਡਿੰਗ ਵੀ ਹੋ ਜਾਂਦੀ ਹੈ, ਕੋਈ ਮੁਸ਼ਕਲ ਨਹੀਂ, ਕੋਈ ਪਰੇਸ਼ਾਨੀ ਨਹੀਂ। ਯਾਨੀ ਕਿ ਨਾ ਬੱਤੀ ਜਾਏ ਤੇ ਖਤਰਾ ਤੁਹਾਨੂੰ ਤੇ ਨਾ ਬੱਤੀ ਆਏ ਤੇ ਉਹਦਾ ਕੰਮ? ਕੋਈ ਕੋਈ ਮੁਸ਼ਕਲ ਨਹੀਂ, ਕੋਈ ਬਿਹਤਰੀਨ, ਯਾਨੀ ਕਿ ਬਿਹਤਰੀਨ ਨਿਜ਼ਾਮ ਚੱਲਦਾ ਤੇ ਥੋੜੇ ਪੈਸਿਆਂ ਦੇ ਵਿੱਚ ਬਿਹਤਰੀਨ ਨਿਜ਼ਾਮ ਚੱਲਦਾ। ਯਾਨੀ ਕਿ ਤੁਸੀਂ ਇਸ ਸਿਸਟਮ ਕੋਲੋਂ ਤੁਸੀਂ ਮੁਤਮੈਨ ਹੋ? ਤੇ ਦੋਸਤੋ ਮੈਂ ਪਹਿਲੇ ਵੀ ਅਰਜ਼ ਕਰਨਾ ਕਿ ਥੋੜੇ ਜਿਹੇ 50-60 ਹਜ਼ਾਰ ਰੁਪਇਆ ਲਾ ਕੇ ਨਾ ਛੋਟੀਆਂ ਫੈਮਲੀਆਂ ਲੈ ਤੇ ਨਹੀਂ ਵੱਡੀਆਂ ਤੋਂ ਆਹ ਪਲੇਟਾਂ ਲੈਣੀਆਂ ਤੇ ਛੋਟੀਆਂ ਪਲੇਟਾਂ ਲੈ ਲਓ, ਦੋ ਦੋ ਪਲੇਟਾਂ ਲਾ ਲਓ, ਵੱਡੀ 1540 ਲਾ ਲਓ, MPPT ਚਾਰਜ ਨਾਲ ਲਾ ਲਓ, ਇੱਕ ਬੈਟਰੀ ਲਾ ਲਓ, 50 ਨਹੀਂ ਤੇ 60-70 ਹਜ਼ਾਰ ਰੁਪਇਆ ਤੁਸੀਂ ਆਪਣੇ 2 ਮਹੀਨੇ ਦਾ ਬਿਜਲੀ ਦਾ ਬਿੱਲ ਦੇ ਬਚਾ ਦੇ ਉੱਤੇ ਇੰਨਾ ਖਰਚ ਕਰ ਚੜਨਾ। ਤੇ ਇਹਦੇ ਨਾਲ ਮੈਂ ਚਾਹਾਂਗਾ ਤੁਹਾਡੇ ਕੋਲ ਇਜਾਜ਼ਤ, ਅੱਲਾਹ ਤਾਲਾ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਹਾਮੀ ਨਾਸਰ ਹੋਏ। ਅੱਲਾ ਹਾਫਿਜ਼।